ਸਿੰਘ ਵਜ਼ੀਰ ਸਾਰੀ ਸੰਗਤਾਂ ਨੂੰ ਤੇ ਸਾਰੇ ਸਮੁੱਚੇ ਸਿੱਖ ਬਰਾਦਰੀ ਨੂੰ ਆਪਣੇ ਜੰਮੂ ਕਸ਼ਮੀਰ ਦੀ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ, ਜਿੱਥੇ ਜਿੱਥੇ ਦੁਨੀਆ ਵਸ ਰਹੀ ਹੈ ਗੁਰੂ ਨਾਨਕ ਦੇ ਸਿੱਖ ਵਸ ਰਹੇ ਹਨ। ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਰਹਿਮਤ ਸਦਕਾ ਧੰਨ ਧੰਨ ਕਲਗੀਧਰ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਆਗਮਨ ਜੋ ਕਿ ਪਰਸੋਂ 5 ਤਰੀਕ ਨੂੰ ਪੂਰੇ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ, ਉਸੇ ਸੰਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਜੰਮੂ ਵਿੱਚ ਜੋ ਕੱਢਿਆ ਜਾ ਰਿਹਾ ਹੈ ਇੱਕ ਪ੍ਰਦਰਸ਼ਨੀ ਟਾਈਪ 'ਤੇ ਕਿ ਖਾਲਸੇ ਦਾ ਆਕਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਦੁਨੀਆ ਨੂੰ ਦਰਸਾਉਂਦਾ ਹੋਇਆ ਇਹ ਵਿਸ਼ਾਲ ਠਾਠਾ ਮਾਰਦਾ ਹੋਇਆ ਨਗਰ ਕੀਰਤਨ ਆਰੰਭ ਹੋ ਕੇ ਚਾਂਦ ਕੌਰ ਤੋਂ ਸਮਾਪਤੀ ਜਿਹਦੀ ਸ਼ਾਮ ਨੂੰ ਨਾਨਕ ਗੁਰਦੁਆਰਾ ਵਿਖੇ ਹੋਏਗੀ। ਆਪ ਸੋਸ਼ਲ ਮੀਡੀਆ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਕਵਰੇਜ ਕਰਕੇ ਪੂਰੀ ਦੁਨੀਆ ਨੂੰ ਇਹ ਗੁਰੂ ਕੇ ਖਾਲਸਿਆਂ ਦਾ ਫਲਸਫਾ ਦਿਖਾ ਰਹੇ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ। ਜੋ 5 ਤਰੀਕ ਪ੍ਰਕਾਸ਼ ਪੁਰਬ ਆ ਰਿਹਾ ਧੰਨ ਧੰਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦਾ, ਉਹਨਾਂ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਬਿਲਾ ਲਿਹਾਜ਼ ਮਜਮੂ ਮਿਲਤ ਸਾਰੀਆਂ ਬਰਾਦਰੀਆਂ ਸਾਰੀ ਸੰਗਤ ਸ਼ਾਮਿਲ ਹੈ, ਖਾਸ ਕਰ ਸਿੱਖ ਸੰਗਤ ਹੈ। ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਔਰ ਅਪੀਲ ਕਰਦਾ ਸਤ ਸੰਗਤ ਨੂੰ ਕਿ ਵੱਧ ਚੜ੍ਹ ਕੇ ਸ਼ਾਮਿਲ ਹੋਵੋ ਔਰ 5 ਤਰੀਕ ਦੇ ਜੋ ਗੁਰਪੁਰਬ ਆ ਰਿਹਾ ਉਸ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਵੋ। ਔਰ ਸਾਡਾ ਜੋ ਰੂਟ ਹੈ ਇੱਥੋਂ ਅਸੀਂ ਰਾਮਪੁਰ ਚਲੇ ਜਾਵਾਂਗੇ, ਵਿਕਰਮ ਚੌਕ ਰਾਈਟ ਸਾਈਡ ਚਲੇ ਜਾਵਾਂਗੇ, ਫਿਰ ਦੈਨ ਗ੍ਰੀਨ ਬੈਲਟ ਪਾਰਕ ਤੋਂ ਅੰਦਰ ਗੋਰੇ ਮੋਟਰ ਚੌਕ ਹੋਸਪਿਟਲ, ਦੈਨ ਗਾਂਧੀ ਨਗਰ ਗੁਰਦੁਆਰਾ ਸਾਹਿਬ, ਗਾਂਧੀ ਨਗਰ ਗੁਰਦੁਆਰਾ ਸਾਹਿਬ ਤੋਂ ਬਾਅਦ ਸਿੱਧਾ ਅਸੀਂ ਨਾਨਕ ਜੰਗ ਸਮਾਪਤੀ ਕਰ ਦਿਆਂਗੇ। ਔਰ 5 ਤਰੀਕ ਤੋਂ ਬਹੁਤ ਵੱਡੇ ਵੱਡੇ ਵਿਦਵਾਨ ਆ ਰਹੇ ਨੇ, ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ, ਅੱਜ ਭਾਈ ਹਰਜਿੰਦਰ ਸਿੰਘ ਜੀ ਮਾਝੀ, 5 ਦੇ ਨੌਜਵਾਨ ਜੁਝਾਰੂ ਪ੍ਰਚਾਰਕ ਆਏ ਨੇ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਬੱਚਾ ਸੁਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।